बाबा जी ये जो तुसा गुरबाणी एक चौंकड़े दे विच पढ़ी इहदे विच किन्नी क सच्चाई ਤੇ ਮੈਂ ਆਹ ਵੀ ਮਹਾਰਾਜ ਦੀ ਕਿਰਪਾ ਨਾਲ ਜਿਹੜੀ ਮਹਾਰਾਜ ਨੇ ਬਾਣੀ ਪੜ੍ਹਾਈ ਹੈ ਜੀ ਇਹਨਾਂ ਦੀ ਸੱਚਾਈ ਹੈ ਮਹਾਰਾਜ ਨੇ ਕਿਰਪਾ ਕੀਤੀ ਹੈ ਸਾਡੀ ਬਾਣੀ ਪੜ੍ਹਾਈ ਇਸ ਤਰ੍ਹਾਂ ਇਹ ਅਖੰਡ ਪਾਠ ਸਾਹਿਬ ਕਰਨ ਵਾਸਤੇ ਪਹਿਲਾਂ ਕੋਈ ਤਿਆਰੀ ਨਹੀਂ ਕਰਨੀ ਪਈ ਜੀ ਤਿੰਨ ਦਿਨ ਪਹਿਲਾਂ ਜਿਹੜਾ ਪ੍ਰਸ਼ਾਦਾ ਸੀ ਉਹ ਛੱਡ ਦਿੱਤਾ ਸੀ ਅਤੇ ਬਾਕੀ ਜੇ ਆਪਾਂ ਅਖੰਡ ਪਾਠ ਸਾਹਿਬ ਦੇ ਵਿੱਚ ਵਿਚਾਰ ਕੇ ਬਾਣੀ ਪੜ੍ਹੀਏ ਇਹਦੇ ਇੱਕ ਇੱਕ ਤੁਕ ਦੀ ਉਹ ਸਮਝ ਜਿਹੜੀ ਉਹ ਮਨ ਦੇ ਵਿੱਚ ਲੱਗਦੀ ਆ ਅਤੇ ਬਾਣੀ ਸਮਝ ਕੇ ਚੱਲੀਏ ਜੇ ਆਪਾਂ ਉਦਾਂ ਪੜ੍ਹ ਪੜ੍ਹ ਕੇ ਲੰਘਾਈਏ ਫਿਰ ਤਾਂ ਭਾਵੇਂ ਜਪਜੀ ਸਾਹਿਬ ਨੂੰ ਦੋ ਦਿਨ ਪੜ੍ਹੀ ਆ ਤਾਂ ਵੀ ਸਮਝ ਪੈਂਦੀ ਸਤਿ ਸ਼੍ਰੀ ਅਕਾਲ ਪੰਜਾਬੀ ਵੀਰੋ ਤੁਸੀਂ ਦੇਖ ਰਹੇ ਹੋ ਸੁਰਖਾਬ ਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਗੁਰਦਿਆਲ ਸਿੰਘ ਸੋ ਇਸ ਵੇਲੇ ਜਿਵੇਂ ਕਿ ਸਾਡੇ ਚੈਨਲ ਤੇ ਅਸੀਂ ਵੱਖ-ਵੱਖ ਸ਼ਖਸੀਅਤਾਂ ਨੂੰ ਤੁਹਾਡੇ ਨਾਲ ਰੂਬਰੂ ਕਰਦੇ ਰਹਿੰਦੇ ਆ ਤੋਂ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦਾ ਹੈ ਜਿਸ ਵਿੱਚ ਇੱਕ ਨਿਹੰਗ ਸਿੰਘ ਜਥੇਦਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਨੂੰ ਇੱਕ ਚੌਂਕੜੇ ਦੇ ਵਿੱਚ ਕਰਦੇ ਨੇ ਪੜ੍ਹ ਕੇ ਜਦੋਂ ਉੱਠਦੇ ਨੇ ਤਾਂ ਉਹਨਾਂ ਦੀ ਵੀਡੀਓ ਜਿਹੜੀ ਹੈ ਵਾਇਰਲ ਹੁੰਦੀ ਹੈ ਪੂਰੇ ਸੋਸ਼ਲ ਮੀਡੀਆ ਤੇ ਬਹੁਤ ਲੋਕਾਂ ਨੇ ਪਿਆਰ ਦਿੱਤਾ ਅੱਜ ਉਹ ਜਥੇਦਾਰ ਸਾਹਿਬ ਸਾਡੇ ਨਾਲ ਨੇ ਆਓ ਤੁਹਾਡੇ ਰੂਬਰੂ ਕਰਾਉਂਦੇ ਹਾਂ ਜਥੇਦਾਰ ਸਾਹਿਬ ਨੂੰ ਪਾਈਏ ਫਤਿਹ ਦੀ ਸਾਂਝ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਸਭ ਤੋਂ ਪਹਿਲਾਂ ਆਪਣਾ ਨਾਂ ਤੇ ਆਪਣਾ ਪਤਾ ਦੱਸੋ ਜੀ ਗੁਰਬਾਜ ਸਿੰਘ ਜੀ ਨਗਰ ਕੋਟ ਬੁੱਢਾ ਜੀ ਅੱਛਾ ਬਾਬਾ ਜੀ ਇਹ ਜੋ ਤੁਸੀਂ ਗੁਰਬਾਣੀ ਇੱਕ ਚੌਂਕੜੇ ਦੇ ਵਿੱਚ ਪੜ੍ਹੀ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਹਾਂਜੀ ਇਹ ਮੈਂ ਆਹ ਵੀ ਮਹਾਰਾਜ ਦੀ ਕਿਰਪਾ ਨਾਲ ਜਿਹੜੀ ਮਹਾਰਾਜ ਨੇ ਬਾਣੀ ਪੜ੍ਹਾਈ ਹੈ ਜੀ ਹਾਂਜੀ ਇਹ ਸੱਚਾਈ ਹੈ ਮਹਾਰਾਜ ਨੇ ਕਿਰਪਾ ਕੀਤੀ ਹੈ ਸਾਰੀ ਬਾਣੀ ਪੜ੍ਹਨ ਕਿਵੇਂ ਤੁਹਾਡੇ ਮਨ ਵਿੱਚ ਆਇਆ ਕਿ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਪੜ੍ਹਨਾ ਇੱਕੇ ਚੌਂਕੜੇ ਦੇ ਵਿੱਚ ਹਾਂਜੀ ਇਸ ਤਰ੍ਹਾਂ ਪਹਿਲਾਂ ਵੀ ਕੁਝ ਸਿੰਘ ਜਿਹੜੇ ਉਹ ਬਾਣੀ ਇਸ ਤਰ੍ਹਾਂ ਪੜ੍ਹਦੇ ਆ ਇਸ ਤਰ੍ਹਾਂ ਕਾਲ ਚੜ੍ਹਾਣੀ ਜੋ ਸਿੰਘ ਆ ਮਾਲਵੇ ਦੇ ਇਲਾਕੇ ਦੇ ਵਿੱਚੋਂ ਉਹਨੇ ਕਾਫੀ ਅਖੰਡ ਪਾਠ ਸਾਹਿਬ ਸੁਰ ਸਿੰਘ ਨਗਰ ਦੇ ਵਿੱਚ ਬਾਬਾ ਜੀ ਦੀ ਬਰਸੀ ਤੇ ਵੀ ਅਖੰਡ ਪਾਠ ਸਾਹਿਬ ਕੀਤੇ ਸੀ ਜਾਂ ਮਹਾਰਾਜ ਦਾ ਗੁਰੂ ਨਾਨਕ ਸਾਹਿਬ ਜੀ ਦਾ ਸ਼ਤਾਬਦੀ ਜਿਹੜਾ ਸਮਾਗਮ ਉਹ ਮਨਾਇਆ ਉੱਥੇ ਵੀ ਉਹਨੇ ਅਖੰਡ ਪਾਠ ਸਾਹਿਬ ਉਹਨਾਂ ਸਿੰਘਾਂ ਨੇ ਕੀਤਾ ਫਿਰ ਇੱਕ ਧਾਰੀਵਾਲ ਨਗਰ ਆ ਉੱਥੋਂ ਦੇ ਬਾਬਾ ਜਸਵੀਰ ਸਿੰਘ ਜੀ ਉਹਨਾਂ ਨੇ ਵੀ ਕਾਫੀ ਅਖੰਡ ਪਾਠ ਸਾਹਿਬ ਤਕਰੀਬਨ ਹੁਣ ਤੱਕ 9 ਅਖੰਡ ਪਾਠ ਸਾਹਿਬ ਇੱਦਾਂ ਕੀਤੇ ਆ ਅਤੇ ਉਹਨਾਂ ਵੱਲ ਵੇਖ ਕੇ ਮਨ ਦੇ ਵਿੱਚ ਆਇਆ ਵੀ ਜੇ ਮਹਾਰਾਜ ਕਿਰਪਾ ਕਰ ਸਕਦੇ ਇਹਦੇ ਫਿਰ ਇਸ ਕਰਕੇ ਫਿਰ ਮਨ ਦੇ ਵਿੱਚ ਆਇਆ ਫਿਰ ਮਹਾਰਾਜ ਨੇ ਕਿਰਪਾ ਕੀਤੀ ਆਪ ਜੀ ਨੇ ਕਿੰਨੀ ਵਾਰੀ ਸੰਪੂਰਨ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ 2 ਵਾਰੀ ਸ੍ਰੀ ਅਖੰਡ ਪਾਠ ਸਾਹਿਬ ਹੋਏ ਮਹਾਰਾਜ ਦੀ ਕਿਰਪਾ ਇੱਕੇ ਚੌਂਕੜੇ ਦੇ ਵਿੱਚ 2 ਵਾਰੀ ਹਾਂਜੀ ਅਤੇ ਆਪ ਜੀ ਕਿਹੜੀ ਸੰਪਰਦਾ ਨਾਲ ਸੰਬੰਧਿਤ ਹੋ ਸਾਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਤਿਗੁਰੂ ਸਾਹਿਬਾਂ ਦੇ ਦਰਮ ਕਰੋ ਮਰਸਾਏ ਹੋਏ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ ਬਾਬਾ ਬਿਧੀ ਚੰਦ ਸਾਹਿਬ ਜੀ ਜਿਨ੍ਹਾਂ ਨੂੰ ਸਤਿਗੁਰਾਂ ਨੇ ਮਹਾਨ ਬਖਸ਼ਿਸ਼ਾਂ ਵਡਿਆਈਆਂ ਦੇ ਕੇ ਨਵਾਜਿਆ ਉਹਨਾਂ ਦੇ ਅੰਸ਼ ਬੰਸ਼ ਦੇ 11ਵੇਂ ਮਹਾਂਪੁਰਖ ਸੱਚਖੰਡ ਵਾਸੀ ਸ੍ਰੀ ਮਾਨ ਸੰਤ ਬਾਬਾ ਦਇਆ ਸਿੰਘ ਸਾਹਿਬ ਜੀ ਸੁਰ ਸਿੰਘ ਵਾਲੇ ਮਹਾਂਪੁਰਖ ਉਹਨਾਂ ਦੀ ਸੇਵਾ ਦੇ ਵਿੱਚ ਜਦੋਂ ਮਹਾਂਪੁਰਖ ਹਾਜ਼ਰ ਸਨ 2006 ਦੇ ਵਿੱਚ ਦਾਸ ਸੰਪਰਦਾ ਦੇ ਵਿੱਚ ਹਾਜ਼ਰ ਹੋਇਆ ਸੀ ਅਤੇ ਅੱਜ ਤੱਕ ਹੁਣ ਮੌਜੂਦਾ ਮੁਖੀ ਸ੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਮਹਾਂਪੁਰਖਾਂ ਦੀ ਆਗਿਆ ਵਿੱਚ ਰਹਿ ਕੇ ਹੁਣ ਤੱਕ ਸਿਰੰਬਾ ਇਹ ਜਿਹੜਾ ਤੁਸੀਂ ਅਖੰਡ ਪਾਠ ਸਾਹਿਬ ਕੀਤਾ ਇਹਦੇ ਵਿੱਚ ਤੁਸੀਂ ਇੱਕ ਚੌਂਕੜੇ ਦੇ ਵਿੱਚ ਸੰਪੂਰਨ ਪੜ੍ਹ ਕੇ ਤੁਹਾਨੂੰ ਕਿੰਨਾ ਟਾਈਮ ਲੱਗਿਆ ਪਹਿਲੇ ਅਖੰਡ ਪਾਠ ਸਾਹਿਬ 48 ਘੰਟੇ ਪੂਰੇ ਲੱਗੇ ਸੀ 48 ਘੰਟੇ ਹਾਂਜੀ ਅਤੇ ਦੂਸਰੇ ਅਖੰਡ ਪਾਠ ਸਾਹਿਬ ਜਿਹੜੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ 400 ਸਾਲਾ ਸ਼ਤਾਬਦੀ ਦੇ ਕੀਤੇ ਆ ਸ੍ਰੀ ਅੰਮ੍ਰਿਤਸਰ ਸਾਹਿਬ ਉਹਨਾਂ 'ਤੇ ਥੋੜ੍ਹਾ ਸਮਾਂ ਘੱਟ ਲੱਗਾ ਸੀ ਕਿਉਂਕਿ ਅਖੰਡ ਪਾਠ ਸਾਹਿਬ ਕਾਫੀ ਆਰੰਭ ਸੀ ਅਤੇ ਪਹਿਲਾਂ ਅਖੰਡ ਪਾਠ ਸਾਹਿਬਾਂ ਦੇ ਭੋਗ ਥੋੜ੍ਹਾ ਸਮਾਂ ਆਰੰਭ ਹੋ ਗਏ ਸੀ ਇਸ ਕਰਕੇ ਪਹਿਲਾਂ ਹਾਂਜੀ ਥੋੜ੍ਹਾ ਸਮਾਂ ਘੱਟ ਲਗਭਗ 48 ਘੰਟੇ ਇੱਕੇ ਚੌਂਕੜੇ ਵਿੱਚ ਹਾਂਜੀ ਇਹਦੇ ਦਰਮ ਛਕਿਆ ਸ਼ਕਾਇਆ ਵੀ ਕੱਖ ਨਹੀਂ ਕੁਛ ਨਹੀਂ ਛਕਣਾ ਨਹੀਂ ਫਿਰ ਮਹਾਰਾਜ ਜੀ ਹੋਰੀ ਅਖੰਡ ਪਾਠ ਸਾਹਿਬ ਅਰਦਾਸੇ ਹੋ ਜਾਂਦੇ ਫਿਰ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਫਿਰ ਉੱਠਣਾ ਨਹੀਂ 48 ਘੰਟੇ ਦੇ ਵਿੱਚ ਬੰਦੇ ਨੂੰ ਭੁੱਖ ਵੀ ਲੱਗਦੀ ਆ ਉਹਨੇ ਬਾਹਰ ਲਘੂ ਸ਼ੰਕਾ ਵੀ ਜਾਣਾ ਹੁੰਦਾ ਹੈ ਜਾਂ ਫਿਰ ਨੀਂਦਰ ਵੀ ਆਪਣਾ ਜ਼ੋਰ ਵਿਖਾਉਂਦੀ ਹੈ ਇਹ ਕਿਵੇਂ ਸਾਰਾ ਕੁਝ ਤੁਸੀਂ ਮੈਨੇਜ ਕੀਤਾ ਇਸ ਤਰ੍ਹਾਂ ਅਖੰਡ ਪਾਠ ਸਾਹਿਬ ਕਰਨ ਵਾਸਤੇ ਪਹਿਲਾਂ ਕੋਈ ਤਿਆਰੀਆਂ ਕਰਨੀਆਂ ਪੈਂਦੀਆਂ ਜੀ ਅੱਛਾ ਪਹਿਲਾਂ ਤਿਆਰੀਆਂ ਕਰਨੀਆਂ ਪੈਂਦੀਆਂ ਹਾਂਜੀ ਕੀ ਤਿਆਰੀਆਂ ਕਰਨੀਆਂ ਪੈਂਦੀਆਂ ਪਹਿਲਾਂ ਇਹ 15 ਕੁ ਦਿਨ ਪਹਿਲਾਂ ਮਤਲਬ ਜਿਹੜਾ ਭੋਜਨ ਪ੍ਰਸ਼ਾਦਾ ਜਿਹੜਾ ਆਪਾਂ ਜਿੰਨਾ ਛਕਦੇ ਹਾਂ ਉੱਤੋਂ ਥੋੜ੍ਹਾ ਥੋੜ੍ਹਾ ਹੌਲੀ ਹੌਲੀ ਘਟਾਉਣਾ ਪੈਂਦਾ ਜੀ ਪ੍ਰਸ਼ਾਦਾ ਹੌਲੀ ਹੌਲੀ ਘਟਾਉਣਾ ਪੈਂਦਾ ਹਾਂਜੀ ਹਾਂਜੀ ਫਿਰ 3 ਕੁ ਦਿਨ ਪਹਿਲਾਂ ਬਿਲਕੁਲ ਪ੍ਰਸ਼ਾਦਾ ਅਤੇ ਪਾਣੀ ਵੀ ਅੱਛਾ 15 ਦਿਨ ਪਹਿਲਾਂ ਤੁਸੀਂ ਸ਼ੁਰੂਆਤ ਕੀਤੀ ਅਤੇ ਕਿੰਨਾ ਕਿੰਨਾ ਪ੍ਰਸ਼ਾਦਾ ਘਟਾਉਂਦੇ ਰਹੇ ਜੀ ਇਸ ਤਰ੍ਹਾਂ ਪਹਿਲਾਂ 3 ਪ੍ਰਸ਼ਾਦੇ ਛਕਦੇ ਹਾਂ ਫਿਰ 2.5 ਪ੍ਰਸ਼ਾਦੇ ਛਕਣੇ ਜਾਂ ਇੱਕ ਟਾਈਮ ਛਕਣਾ ਇੱਕ ਟਾਈਮ ਨਹੀਂ ਛਕਣਾ ਇਸ ਤਰ੍ਹਾਂ ਹੌਲੀ ਹੌਲੀ ਪ੍ਰਸ਼ਾਦਾ ਜਿਹੜਾ ਹੌਲੀ ਹੌਲੀ ਖੱਧਿਆ ਦੇ ਪ੍ਰਸ਼ਾਦ ਕਰਦਾ ਹਾਂਜੀ ਫਿਰ ਛਕਣਾ ਅਤੇ ਕਿੰਨੇ ਦਿਨ ਪਹਿਲਾਂ ਤੁਸੀਂ ਪ੍ਰਸ਼ਾਦਾ ਛੱਡ ਦਿੱਤਾ 3 ਦਿਨ ਪਹਿਲਾਂ ਜਿਹੜਾ ਪ੍ਰਸ਼ਾਦਾ ਸੀ ਉਹ ਛੱਡ ਦਿੱਤਾ ਸੀ 3 ਦਿਨ ਪਹਿਲਾਂ ਪ੍ਰਸ਼ਾਦਾ ਛੱਡ ਦਿੱਤਾ ਹਾਂਜੀ ਅਤੇ ਜਦੋਂ ਬੈਠ ਕੇ ਉਹ ਤੋਂ ਉਦੋਂ ਦਰਮਿਆਨ ਵੀ ਕੁਛ ਨਹੀਂ ਛਕਣਾ ਹਾਂਜੀ
ਧੰਨ ਕਮਾਈ ਹੈ ਮਹਾਰਾਜ ਸਾਹਿਬ ਦੀ ਕਿਰਪਾ ਜੀ। ਇਹ ਕਿਵੇਂ ਅੱਛਾ ਇੱਕ ਸਾਡੇ ਪ੍ਰਚਾਰਕ ਕਹਿੰਦੇ ਆ ਵੀ ਸਰੀਰ ਨੂੰ ਕਸ਼ਟ ਦੇਣਾ ਜਿਹੜਾ ਵਾ ਉਹ ਵੀ ਮਨ ਮਤ ਹੈ, ਸਾਡੇ ਪ੍ਰਚਾਰਕ ਕਹਿੰਦੇ ਆ ਅਤੇ ਮੈਂ ਨਹੀਂ ਕਹਿੰਦਾ ਪ੍ਰਚਾਰਕ ਕਹਿੰਦੇ ਆ, ਸਾਡੇ ਪ੍ਰਚਾਰਕ ਕਹਿੰਦੇ ਕਿ ਸਰੀਰ ਨੂੰ ਕਸ਼ਟ ਦੇਣਾ ਜਿਹੜਾ ਉਹ ਵੀ ਮਨ ਮਤ ਹੈ, ਕਿਵੇਂ ਲੈਂਦੇ ਇਸ ਬਿਆਨ ਨੂੰ? ਇੱਦਾਂ ਵੀ ਅਖੰਡ ਪਾਠ ਸਾਹਿਬ ਜਦੋਂ ਬਾਣੀ ਪੜ੍ਹਦੇ ਹਾਂ ਹੋਰ ਆਪਾਂ ਕੰਮ ਕਰਨ ਨੂੰ ਕਸ਼ਟ ਦੇ ਲੈਂਦੇ ਸਰੀਰ ਨੂੰ, ਅਤੇ ਬਾਣੀ ਪੜ੍ਹਨ ਨੂੰ ਜੇ ਆਪਾਂ ਕਹਿੰਦੇ ਤਾਂ ਫਿਰ ਕਿੰਨੇ ਕਸ਼ਟ ਹੁੰਦਾ ਸਰੀਰ ਨੂੰ। ਪਹਿਲਾਂ ਵੀ ਗੁਰੂ ਤੇਗ ਸਿੰਘ ਜਿਹੜੇ ਇਹ ਬਾਣੀ ਪੜ੍ਹਦੇ ਸੀ ਅਤੇ ਕਿੰਨੀ ਕਿੰਨੀ ਬਾਣੀ ਪੜ੍ਹ ਜਾਂਦੇ, ਪ੍ਰਸ਼ਾਦਾ ਪਾਣੀ ਵੀ ਉਦੋਂ ਪੂਰਾ ਨਹੀਂ ਪ੍ਰਾਪਤ ਹੁੰਦਾ ਉਹਨਾਂ ਨੂੰ, ਭੁੱਖ ਤੇ ਰਹਿ ਗਏ ਵੀ ਉਹਨਾਂ ਨੂੰ ਜੰਗਲਾਂ ਦੇ ਵਿੱਚ ਰਹਿ ਕੇ ਦਿਨ ਕੱਟਣੇ ਪੈਂਦੇ, ਅਤੇ ਉਦੋਂ ਕਿੰਨੀ ਕਿੰਨੀ ਬਾਣੀ ਪੜ੍ਹਦੇ, ਪੰਜ ਪੰਜ ਗ੍ਰੰਥੀ ਦਾ ਖਾਂ ਉਹਨਾਂ ਦਾ ਨਿਤਨੇਮ ਹੀ ਸੀ ਕਿ ਚੌਂਕੜੇ ਦਾ, ਹਾਂਜੀ ਕਿੰਨੇ ਕਿੰਨੇ ਜਪਜੀ ਸਾਹਿਬ ਦੇ ਪਾਠ ਕਰਦੇ ਸੀ। ਇਸ ਤਰ੍ਹਾਂ ਕਰਕੇ ਬਾਣੀ ਪੜ੍ਹਨ ਦਾ ਕੋਈ ਕਸ਼ਟ ਨਹੀਂ ਸਰੀਰ ਨੂੰ ਹੁੰਦਾ, ਹੋਰ ਵੀ ਆਪਾਂ ਕੰਮ ਕਰਦੇ ਸਰੀਰ ਨੂੰ ਕਿੰਨਾ ਕਸ਼ਟ ਦਿੰਦੇ। ਹਾਂਜੀ ਬਿਲਕੁਲ। ਅੱਛਾ ਬਾਬਾ ਜੀ ਇਹ ਜਦੋਂ ਗੁਰਬਾਣੀ ਜਿਹੜੀ ਹੈ ਇਹਦੀ ਸੰਖਿਆ ਪਹਿਲਾਂ ਕਰਨੀ ਪੈਂਦੀ ਹੈ, ਆਪ ਜੀ ਨੇ ਸੰਖਿਆ ਕਿੱਥੋਂ ਕੀਤੀ ਹੈ? ਪਹਿਲਾਂ ਇਹ ਨਗਰ ਦੇ ਵਿੱਚ ਇੱਥੇ ਕੋਟ ਬੁੱਢਾ ਨਗਰ ਦੇ ਵਿੱਚ ਸੀ ਦਸਵੇਂ ਦਾ ਸਥਾਨ ਆਪਣੇ ਲਾਗੇ, ਅਤੇ ਉੱਥੇ ਮੇਰੇ ਸਤਾਰ ਬਾਬਾ ਗੁਰਨਾਮ ਸਿੰਘ ਜੀ ਉਹ ਸਾਰੇ ਖੰਡ ਲੁਧਿਆਣਾ ਕਰ ਗਏ ਆ, ਅਤੇ ਉਹਨਾਂ ਦੇ ਕੋਲੋਂ 2005 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਰ ਗੁਰੂ ਗ੍ਰੰਥ ਸਾਹਿਬ ਦੀ ਸੰਖਿਆ ਕੀਤੀ, ਫਿਰ 2006 ਦੇ ਦਲ ਪੰਥ ਦੇ ਵਿੱਚ ਹਾਜ਼ਰ ਹੋਏ, ਫਿਰ ਅਖੰਡ ਪਾਠ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਸੰਖਿਆ ਕੀਤੀ, ਪ੍ਰਕਾਸ਼ਮ ਬਾਣੀ ਦੀ ਸੰਖਿਆ ਕੀਤੀ। ਹੁਣ ਤੱਕ ਰਹਿ ਕੇ ਸਿੱਖੀ ਜਾਂਦੇ ਹਾਂ, ਪੂਰੀ ਤਾਂ ਸੰਖਿਆ ਹੋ ਨਹੀਂ ਸਕਦੀ, ਮਹਾਰਾਜ ਦੀ ਬਾਣੀ ਦਾ ਗਾਹ ਬਹੁਤ ਹੈ ਜੀ। ਅਤੇ ਇਹ ਜਿਹੜੀ ਆਪਣਾ ਸੰਥਿਆ ਤੁਸੀਂ ਜਦੋਂ ਦਰਮਿਆਨ ਕੀਤੀ ਕਿੰਨਾ ਟਾਈਮ ਲੱਗਿਆ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਸੰਥਿਆ ਕਰਨ ਤੋਂ? ਸੰਪੂਰਨ ਸੰਥਿਆ ਦਾ ਜਿਹੜਾ ਮਹਾਰਾਜ ਦੀ ਸੰਥਿਆ ਕਰਨ ਦਾ ਟਾਈਮ ਤਾਂ ਕਾਫੀ ਲੱਗ ਜਾਂਦਾ, 2-3 ਸਾਲ 5 ਸਾਲ ਵੀ 3 ਸਾਲ ਦੇ ਵਿੱਚ ਸੰਥਿਆ ਕਰਾਉਣ ਦੇ ਅਤੇ ਹਾਂਜੀ ਇੰਨਾ ਸਮਾਂ ਲੱਗ ਗਿਆ, ਪਰ ਬਾਕੀ ਹੁਣ ਤੱਕ ਅਜੇ ਸੰਪੂਰਨ ਤਾਂ ਨਹੀਂ ਹੋ ਸਕੇ ਆਪਾਂ, ਸੰਪੂਰਨ ਤਾਂ ਕੋਈ ਵੀ ਨਹੀਂ ਜੀ। ਹਾਂਜੀ ਹਾਂਜੀ 2-3 ਸਾਲ ਦਾ ਸਮਾਂ ਲੱਗ ਹੀ ਜਾਂਦਾ ਜੀ ਮਹਾਰਾਜ ਦੀ ਸੰਥਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਕਰਨ। ਅੱਛਾ ਇੱਕ ਨਾ ਬੰਦੇ ਦੇ ਮਨ ਦੇ ਵਿੱਚ ਆਨੰਦ ਹੁੰਦਾ ਹੈ, ਜਿਵੇਂ ਕਿ ਮੈਂ ਕਹਿੰਦਾ ਵੀ ਮੈਨੂੰ ਜਪਜੀ ਸਾਹਿਬ ਪੜ੍ਹਨ ਦਾ ਬੜਾ ਆਨੰਦ ਆਉਂਦਾ, ਕੋਈ ਕਹਿੰਦਾ ਮੈਨੂੰ ਰਹਿਰਾਸ ਸਾਹਿਬ ਪੜ੍ਹਨ ਦਾ ਬੜਾ ਆਨੰਦ ਆਉਂਦਾ, ਕੋਈ ਤੁਹਾਡੇ ਮਨ 'ਚ ਵੀ ਇਸ ਤਰ੍ਹਾਂ ਦੀ ਗੱਲ? ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਬਾਣੀ ਆਨੰਦਮਈ ਆ, ਪਰ ਫਿਰ ਵੀ ਕੋਈ ਹੁੰਦਾ ਵੀ ਆਹ ਖਾਸ ਬਾਣੀ ਪੜ੍ਹ ਕੇ ਜਿਹੜਾ ਮੈਨੂੰ ਜ਼ਿਆਦਾ ਆਨੰਦ ਮਿਲਦਾ, ਇਸ ਤਰ੍ਹਾਂ ਕਿਹੜੀ ਬਾਣੀ ਉਹ? ਹਾਂਜੀ ਸਾਰੀਆਂ ਬਾਣੀਆਂ ਪੜ੍ਹ ਕੇ ਆਨੰਦ ਹੀ ਪ੍ਰਾਪਤ ਹੁੰਦਾ, ਬਾਕੀ ਜ਼ਿਆਦਾ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਵੀਰ ਅਸੀਂ ਖਾਲਸੇ ਨੂੰ ਮਹਾਰਾਜ ਨੇ ਬਲਕਿ ਕੀਤੀ ਹੈ, ਉਹ ਜਦੋਂ ਪੜ੍ਹੀ ਦੀ ਉਹਦਾ ਜ਼ਿਆਦਾ ਵੀਰ ਰਸ ਆਨੰਦ ਉਹਦਾ ਜ਼ਿਆਦਾ ਹੀ ਪ੍ਰਾਪਤ ਹੁੰਦਾ। ਇਸ ਦਾ ਬਾਣੀ ਦਾ ਜਪਜੀ ਸਾਹਿਬ ਦੇ ਵਿੱਚ ਕਿੰਨਾ ਰਸ ਆ, ਆਨੰਦ ਸਾਹਿਬ ਦੀ ਬਾਣੀ ਮਹਾਰਾਜ ਨੇ ਉਚਾਰੀ ਇਸ ਕਰਕੇ ਆ, ਜਦੋਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਘਰ ਦੇ ਵਿੱਚ ਮਹਾਰਾਜ ਦਾ ਪੁੱਤਰਾ ਉਹਦਾ ਜਨਮ ਹੋਇਆ, ਅਤੇ ਮਹਾਰਾਜ ਦੇ ਕੋਲ ਲੈ ਕੇ ਆਏ ਅਤੇ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਆ ਤੁਹਾਡੇ ਪੋਤਰੇ ਦਾ ਜਨਮ ਹੋਇਆ, ਅਤੇ ਸਤਿਗੁਰੂ ਸਾਹਿਬ ਜੀ ਮਹਾਰਾਜ ਨੇ ਆਪਣੀ ਗੋਦੀ ਵਿੱਚ ਬਿਠਾ ਕੇ ਆਨੰਦ ਸਾਹਿਬ ਦੀ ਬਾਣੀ ਉਚਾਰਨ ਕੀਤੀ, ਕਿਉਂਕਿ ਉਹ ਪਹਿਲਾਂ ਜਿਹੜਾ ਪੋਤਰਾ ਸੀ ਉਹਦਾ ਪਹਿਲਾਂ ਜਿਹੜਾ ਜਨਮ ਸਮਾਂ ਸੀ ਉਦੋਂ ਜੋਗੀ ਦੇ ਰੂਪ ਦੇ ਵਿੱਚ ਸੀ, ਅਤੇ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਆਨੰਦ ਰਾਸ ਨਹੀਂ ਪ੍ਰਾਪਤ ਹੁੰਦਾ, ਬੜਾ ਲੰਮਾ ਸਮਾਂ ਆ ਗਿਆ ਯੋਗ ਸਾਧਨਾ ਕਰਦਿਆਂ ਨੂੰ, ਅਤੇ ਮਹਾਰਾਜ ਆਨੰਦ ਰਾਸ ਦਿਓ, ਅਤੇ ਮਹਾਰਾਜ ਕਹਿੰਦੇ ਸਰੀਰ ਤਿਆਗ ਕੇ ਅਤੇ ਦੂਸਰੇ ਸਰੀਰ 'ਚ ਆਓਗੇ ਨਾ ਫਿਰ ਤੁਹਾਨੂੰ ਆਨੰਦ ਬਖਸ਼ਾਂਗੇ, ਫਿਰ ਉਹ ਮਹਾਰਾਜ ਦੇ ਘਰ ਦੇ ਵਿੱਚ ਉਹਦਾ ਜਨਮ ਹੋਇਆ, ਅਤੇ ਫਿਰ ਮਹਾਰਾਜ ਕਹਿੰਦੇ ਜੋਗੀ ਆ ਗਿਆ ਅਤੇ ਆਨੰਦ ਵਾਸਤੇ ਬੇਨਤੀ ਕਰਦਾ ਸੀ, ਫਿਰ ਮਹਾਰਾਜ ਨੇ ਨਾਮ ਹੀ ਬਾਬਾ ਆਨੰਦ ਹੀ ਰੱਖਿਆ, ਅਤੇ ਨਾਲ ਹੀ ਮਹਾਰਾਜ ਨੇ ਆਨੰਦ ਸਾਹਿਬ ਦੀ ਬਾਣੀ ਉਚਾਰਨ ਕੀਤੀ, ਅਤੇ ਮਹਾਰਾਜ ਨੇ ਬਚਨ ਕੀਤਾ ਮਹਾਰਾਜ ਕਹਿੰਦੇ ਜਿਹਨੂੰ ਆਨੰਦ ਰਾਸ ਬਾਣੀ ਪੜ੍ਹਨ ਵਿੱਚ ਨਾ ਪ੍ਰਾਪਤ ਹੋਵੇਗਾ ਉਹ ਆਨੰਦ ਸਾਹਿਬ ਜੀ ਦੀ ਬਾਣੀ ਦਾ ਅਭਿਆਸ ਕਰੇਗਾ ਅਤੇ ਉਹਨੂੰ ਆਨੰਦ ਦੀ ਪ੍ਰਾਪਤੀ ਹੋਇਆ ਕਰੇਗੀ, ਸ਼ਾਂਤੀ ਆਇਆ ਕਰੇਗੀ। ਇਸ ਕਰਕੇ ਬਾਣੀਆਂ ਦਾ ਸਾਰੀ ਜੋ ਵੀ ਬਾਣੀ ਆ ਇੱਕ ਇੱਕ ਅੱਖਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਸਮ ਗੁਰੂ ਗ੍ਰੰਥ ਸਾਹਿਬ ਸ੍ਰੀ ਸਰਬਲੋਕ ਪ੍ਰਕਾਸ਼ ਜੀ ਦਾ ਸਾਰੀ ਬਾਣੀ ਆਨੰਦਮਈ ਆ ਰਸ ਵੀ ਆ। ਹਾਂਜੀ ਸਾਡੇ ਜਿਹੜੇ ਪ੍ਰਚਾਰਕ ਹੈ ਜ਼ਿਆਦਾਤਰ ਮੰਨਦੇ ਆ ਵੀ ਜਿਹੜਾ ਜਨਮ ਅਸੀਂ ਭੋਗ ਰਹੇ ਇਹੀ ਜਨਮ, ਪਿਛਲੇ ਜਨਮ ਵਗੈਰਾ ਕੁਛ ਨਹੀਂ ਹੁੰਦਾ, ਗੁਰਬਾਣੀ ਦੇ ਕਸਵੱਟੀ 'ਤੇ ਇਹ ਗੱਲ ਕਿੰਨੀ ਖਰੀ ਉਤਰਦੀ? ਹਾਂਜੀ ਮਹਾਰਾਜ ਦੀ ਬਾਣੀ ਦੇ ਵਿੱਚ ਤਾਂ ਚਲੋ ਆਪਾਂ ਕਿਸੇ ਨੂੰ ਕਹਿੰਦੇ ਨਹੀਂ ਵੀ ਕੋਈ ਗਲਤ ਵਾ, ਹਾਂਜੀ ਆਪਾਂ ਆਪਣੀ ਜਿਹੜੀ ਜੋ ਆਪਾਂ ਪੜ੍ਹਦੇ ਮਹਾਰਾਜ ਦੀ ਬਾਣੀ, ਮਹਾਰਾਜ ਨੇ ਕਈ ਕੀਟ ਕਈ ਜਨਮ ਪਏ ਕੀਟ ਪਤੰਗਾ, ਕਈ ਜੀ ਕਈ ਜਨਮ ਗਜਮੀਨ ਪੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਬ੍ਰਿਖ ਜੋਇਓ, ਅਤੇ ਕਿੰਨੇ ਜਨਮ ਪਹਿਲਾਂ ਕੀੜੇ ਪਤੰਗੇ ਆਉਂਦੇ ਹੋਏ ਆ, ਕਿੰਨੇ ਜਨਮ ਮਹਾਰਾਜ ਕਹਿੰਦੇ ਤੂੰ ਲੈ ਕੇ ਆਇਆ ਅਤੇ ਫਿਰ ਤੁਹਾਨੂੰ ਮੌਕਾ ਜਨਮ ਮਿਲਿਆ, ਇਸ ਕਰਕੇ 84 ਲੱਖ ਭੋਗ ਅਤੇ ਦੁਲੱਭ ਜਨਮ ਆ ਪਾਇਓ, ਮਹਾਰਾਜ ਕਹਿੰਦੇ ਮੁੱਖਾ ਜਨਮ 84 ਲੱਖ ਜੂਨ ਭੋਗ ਤੂੰ ਪ੍ਰਾਪਤ ਕੀਤਾ, ਜੇ ਬਾਣੀ ਦੇ ਵਿੱਚ ਤਾਂ ਇੱਦਾਂ ਲਿਖਿਆ ਜੀ, ਬਾਕੀ ਆਪਾਂ ਪ੍ਰਚਾਰਕਾਂ ਨੂੰ ਜੋ ਵੀ ਕਹਿੰਦੇ ਚਲੋ। ਇੱਕ ਹੋਰ ਮੇਰੇ ਗੱਲ ਸਵਾਲ ਆ ਰਿਹਾ ਸੀ, ਇੱਕ ਪ੍ਰਚਾਰਕ ਦੇ ਮੂੰਹੋਂ ਮੈਂ ਸੁਣਿਆ ਸੀ ਕਿ ਇਹ ਜਿਹੜਾ ਧਰਮਰਾਜ ਦੀ ਗੱਲ ਕਰਦੇ ਨਾ, ਧਰਮਰਾਜ ਲੇਖਾ ਮੰਗਦਾ, ਇਹ ਇੱਕ ਸਿਰਫ ਮਹਾਰਾਜ ਨੇ ਲੋਕਾਂ ਨੂੰ ਨਾਮ ਦੇ ਨਾਲ ਜੋੜਨ ਵਾਸਤੇ ਇੱਕ ਡਰ ਪਾਇਆ ਸੀ, ਕਿਉਂਕਿ ਉਦੋਂ ਸਾਡੀ ਕਾਨੂੰਨ ਅਵਸਥਾ ਨਹੀਂ ਸੀ ਹੁੰਦੀ, ਉਹਨਾਂ ਨੇ ਇੱਕ ਡਰ ਪਾਇਆ ਸੀ, ਇਸ ਗੱਲ ਨੂੰ ਤੁਸੀਂ ਕਿਵੇਂ ਲੈਂਦੇ ਹੋ ਕਿ ਧਰਮਰਾਜ ਵਾਕਈ ਕੋਈ ਹੈਗਾ?
हाँ जी महाराज भजन करते धर्मराज है देवता लै गल करे दलाली धर्मराज जब लेखा मांगे का मुख लैके जाएगा धर्मराज दर कागज फारे जन नानक लेखा समझा आपां तां बाणी नूं मनणा ना बाणी जो लिखिया महाराज ने धर्मराज दे बारे गल कीती आ धर्मराजा भी आ धर्म जमदूत भी आ चित्रगुप्त भी आ चित्रगुप्त जिहड़े आ ਉਹ ਜਿਹੜੇ ਚਿੱਤਰ ਆ ਉਹ ਆਪਣੇ ਜੋ ਵੀ ਆਪਾਂ ਸਰੀਰ ਦੇ ਨਾਲ ਕਰਮ ਕਰਦੇ ਹਾਂ ਅਤੇ ਉਹ ਸਾਰਾ ਹਿਸਾਬ ਕਿਤਾਬ ਉਹ ਲਿਖਦਾ ਅਤੇ ਗੁਪਤ ਦਾ ਜਿਹੜਾ ਉਹਦਾ ਕੰਮ ਆ ਕਿ ਜਿਹੜਾ ਆਪਣਾ ਆਪਾਂ ਮਨ ਦੇ ਨਾਲ ਜੋ ਵੀ ਕਰਦੇ ਹਾਂ ਉਹ ਸਾਰਾ ਕੁਝ ਹਿਸਾਬ ਕਿਤਾਬ ਲਿਖਦਾ ਅਤੇ ਫਿਰ ਧਰਮਰਾਜ ਦੀ ਕਚਹਿਰੀ 'ਚ ਹਿਸਾਬ ਕਿਤਾਬ ਹੁੰਦਾ ਕਿਉਂਕਿ ਮਹਾਰਾਜ ਨੇ ਤਾਂ ਹੀ ਕਿਹਾ ਧਰਮਰਾਜ ਜਬ ਲੇਖਾ ਮਾਂਗੇ ਕਿਆ ਮੁੱਖ ਲੈ ਕੇ ਜਾਏਗਾ ਹਾਂਜੀ ਧਰਮਰਾਜਾ ਹੈ ਤਾਂ ਹੀ ਮਹਾਰਾਜ ਨੇ ਵਚਨ ਕੀਤਾ ਮਹਾਰਾਜ ਤਾਂ ਕੋਈ ਝੂਠ ਬਾਣੀ ਦੇ ਵਿੱਚ ਕਹਿ ਨਹੀਂ ਸਕਦੇ ਜਾਂ ਛਲ ਨਹੀਂ ਮਹਾਰਾਜ ਕਰਦੇ ਵੀ ਉੱਥੇ ਧਰਮਰਾਜ ਨੇ ਹੈਗੇ ਤੁਹਾਨੂੰ ਭੁਲੇਖਾ ਪਾਉਣ ਵਾਸਤੇ ਉਹਦੀ ਬਾਣੀ 'ਚ ਕਿਹਾ ਇਹ ਗੱਲ ਆਪਾਂ ਨਹੀਂ ਮੰਨ ਸਕਦੇ ਹਾਂਜੀ ਬਾਕੀ ਜਿਹੜਾ ਕਹਿੰਦਾ ਉਹ ਆਪਾਂ ਗੁਰੂ ਸਾਹਿਬ ਕਹਿੰਦੇ ਆ ਵੀ ਗੁਰਬਾਣੀ ਨੂੰ ਵਿਚਾਰਨਾ ਜ਼ਰੂਰੀ ਹੈ ਵਿਚਾਰ ਕੇ ਪੜ੍ਹਨੀ ਜ਼ਰੂਰੀ ਹੈ ਅਤੇ ਇੱਕ ਚੌਂਕੜੇ ਦੇ ਵਿੱਚ ਤੁਸੀਂ ਪੜ੍ਹਿਆ ਫਿਰ ਉੱਥੇ ਵਿਚਾਰ ਤਾਂ ਨਹੀਂ ਪਰ ਫਿਰ ਵੀ ਅੱਗੋਂ ਪਿੱਛੋਂ ਤੁਸੀਂ ਗੁਰਬਾਣੀ ਵਿਚਾਰ ਕਰਦੇ ਹੋ ਹਾਂਜੀ ਗੁਰਬਾਣੀ ਦੀ ਵਿਚਾਰ ਕੇ ਪੜ੍ਹਨੀ ਚਾਹੀਦੀ ਆ ਬਾਕੀ ਸਿਰਫ ਅਖੰਡਪੜ ਸਾਹਿਬ ਉਹ ਜਿਹੜੀ ਮਰਜ਼ਾਦਾ ਚੱਲਦੀ ਹੈ ਅਖੰਡਪੜ ਸਾਹਿਬ ਤਾਂ ਉਹ ਅੜਤਾਲੀ ਕਿਲੋਮੀਟਰ 'ਚ ਹੁੰਦਾ ਵਾ ਉੱਦਾਂ ਹੀ ਮਰਜ਼ਾਦਾ ਨਾ ਹੋਣਾ ਜੀ ਅਤੇ ਬਾਕੀ ਜੇ ਆਪਾਂ ਅਖੰਡਪੜ ਸਾਹਿਬ ਦੇ ਵਿੱਚ ਵਿਚਾਰ ਕੇ ਬਾਣੀ ਪੜ੍ਹੀਏ ਇਹਦੇ ਇੱਕ ਇੱਕ ਤੁਕ ਦੀ ਉਹ ਸਮਝ ਜਿਹੜੀ ਉਹ ਮਨ ਦੇ ਵਿੱਚ ਲੱਗਦੀ ਆ ਜੇ ਬਾਣੀ ਸਮਝ ਕੇ ਚੱਲੀਏ ਅਤੇ ਜੇ ਆਪਾਂ ਉੱਦਾਂ ਪੜ੍ਹ ਪੜ੍ਹ ਕੇ ਲੰਘਾਈਏ ਫਿਰ ਤਾਂ ਭਾਵੇਂ ਜਪਜੀ ਸਾਹਿਬ ਨੂੰ ਦੋ ਦਿਨ ਪੜ੍ਹੀ ਆ ਤਾਂ ਵੀ ਨਹੀਂ ਸਮਝ ਪੈਣੀ ਹੁਣ ਤੱਕ ਕਿੰਨੀਆਂ ਕੁ ਬਾਣੀਆਂ ਤੁਹਾਨੂੰ ਕੰਠ ਹੋਣੀਆਂ ਜੇ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਵੀ ਤੁਸੀਂ ਬਾਣੀ ਇੱਕ ਚੌਂਕੜੇ ਵਿੱਚ ਪੜ੍ਹ ਲੈਂਦੇ ਹੋ ਅਤੇ ਬਹੁਤ ਸਾਰੀਆਂ ਬਾਣੀਆਂ ਤੁਹਾਡੇ ਕੰਠ ਹੀ ਹੋਣੀਆਂ ਕਿੰਨੀਆਂ ਕੁ ਬਾਣੀਆਂ ਤੁਹਾਨੂੰ ਕੰਠ ਮਹਾਰਾਜ ਸਾਹਿਬ ਜੀ ਕਿਰਪਾ ਜਿੱਦਾਂ ਕਿਰਪਾ ਕਰਦੇ ਤਾਂ ਬਾਣੀ ਕੋਈ ਸੌਖਾ ਤਰੀਕਾ ਸਾਡੇ ਦਰਸ਼ਕਾਂ ਵਾਸਤੇ ਦੱਸੋ ਗੁਰਬਾਣੀ ਨੂੰ ਕੰਠ ਕਰਨ ਦਾ ਕੋਈ ਸੌਖਾ ਤਰੀਕਾ ਗੁਰਬਾਣੀ ਦਾ ਅਭਿਆਸ ਹੀ ਆ ਮਹਾਰਾਜ ਦੇ ਚਰਨਾਂ 'ਚ ਬੇਨਤੀ ਆ ਜਦੋਂ ਪੰਜਾਂ ਪਿਆਰਿਆਂ ਦੇ ਵਿੱਚ ਦਲ ਪੰਥ ਦੇ ਵਿੱਚ ਮਹਾਂਪੁਰਖ ਸੇਵਾ ਲੈਂਦੇ ਸੀ ਅਤੇ ਉਦੋਂ ਮਹਾਂਪੁਰਖਾਂ ਨੂੰ ਬੁਲਾਇਆ ਸੀ ਕਿ ਪੰਜ ਬਾਣੀਆਂ ਜਿਹੜੀਆਂ ਕੰਠ ਕਰਨੀਆਂ ਅਤੇ ਜਾਪ ਸਾਹਿਬ ਨਹੀਂ ਸੀ ਕੰਠ ਹੁੰਦਾ ਅਤੇ ਫਿਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਸਥਾਨ ਤਾੜੀ ਸਾਹਿਬ ਚਮਕੌਰ ਸਾਹਿਬ ਸਥਾਨ ਆ ਉੱਥੇ ਦਾਸ ਦੀ 3 ਮਹੀਨੇ ਡਿਊਟੀ ਉੱਥੇ ਰਹੀ ਸੀ ਅਤੇ ਉੱਥੇ ਜਾਪ ਸਾਹਿਬ ਫਿਰ 5-5, 6-6 ਪਾਠ ਜਿਹੜੇ ਸੀ ਉਹ ਅੰਮ੍ਰਿਤ ਵੇਲੇ ਕਰਨੇ ਮਹਾਂਪੁਰਖਾਂ ਨੇ ਜੁੱਤੀ ਦੱਸੀ ਅਤੇ ਫਿਰ ਉਹਦਾ ਕਰਕੇ ਇਹ ਜਾਪ ਸਾਹਿਬ ਵੀ ਕੰਠ ਹੋਇਆ ਇਸ ਕਰਕੇ ਬਾਣੀ ਕੰਠ ਕਰਨਾ ਜਿੰਨੀ ਬਾਣੀ ਆਪਾਂ ਪੜ੍ਹਾਂਗੇ ਉੱਨੇ ਉਹਨਾਂ ਰੋਜ਼ ਪੜ੍ਹੀਏ ਨਿਤਨੇਮ ਕਰੀਏ ਤਾਂ ਨਿਤਨੇਮ ਕੰਠ ਹੋ ਜਾਂਦਾ ਹਾਂਜੀ ਹੁਣ 5 ਬਾਣੀਆਂ ਜਿਸ ਤਰ੍ਹਾਂ ਕੰਠ ਹੋਣਾ ਸਿਰ ਮੁਜ਼ਾਹਰਾ ਸਾਹਿਬ ਦੀ ਬਾਣੀ ਕੰਠ ਹੋਣੀ ਚਾਹੀਦੀ ਹੈ ਕੀਰਤਨ ਸੋਹਿਲਾ ਪੜ੍ਹਨਾ ਆਉਣਾ ਚਾਹੀਦਾ ਹਾਂਜੀ ਹੋਰ ਆਪਾਂ ਕੋਈ ਕਹਿੰਦਾ ਕਿ ਮੈਨੂੰ ਪੜ੍ਹਨਾ ਨਹੀਂ ਆਉਂਦਾ ਜਾਂ ਮੈਂ ਅਨਪੜ੍ਹ ਹਾਂ ਅਤੇ ਉਹ ਜੇ ਕੋਈ ਕੰਮ ਕਰਨਾ ਹੋਵੇ ਤਾਂ ਆਪਾਂ ਉਹਦੀ ਸਿੱਖਿਆ ਲੈ ਹੀ ਲੈਂਦੇ ਭਾਵੇਂ ਆਪਣਾ 2 ਸਾਲ ਲੱਗ ਜਾਣ 4 ਸਾਲ 5 ਸਾਲ ਲੱਗ ਜਾਣ ਜਿਸ ਤੋਂ ਪਤਾ ਵੀ ਆਪਾਂ ਨੂੰ ਕੋਈ ਆਮਦਨ ਹੋਣੀ ਕੋਈ ਹੈ ਅਤੇ ਜੇ ਬਾਣੀ ਪੜ੍ਹਨ ਲੱਗੇ ਆਪਾਂ ਕਹਿੰਦੇ ਨਹੀਂ ਸਾਨੂੰ ਤਾਂ ਕੋਈ ਸਮਝ ਨਹੀਂ ਪੈਂਦੀ ਅਸੀਂ ਤਾਂ ਅਨਪੜ੍ਹ ਹਾਂ ਕਦੀ ਖਿਆਲ ਹੀ ਨਹੀਂ ਕੀਤਾ ਕਿ ਘੰਟਾ 2 ਘੰਟੇ ਕਦੀ ਜਿਹਨੂੰ ਨਹੀਂ ਪੜ੍ਹਨੀ ਆਉਂਦੀ ਘੰਟਾ 2 ਘੰਟੇ ਲਾਵੇ ਤਾਂ ਪੜ੍ਹਨੀ ਆਊਗੀ ਜ਼ਰੂਰ ਆਊਗੀ ਇੱਕ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿਓ ਅਖੀਰ ਦੇ ਵਿੱਚ ਗੁਰਬਾਣੀ ਦੇ ਨਾਲ ਜੁੜਨ ਵਾਸਤੇ ਆਪਣੇ ਵੱਲੋਂ ਬਾਬਾ ਗੁਰਪਾਲ ਸਿੰਘ ਜੀ ਇੱਕ ਸੰਦੇਸ਼ ਦੇਵੇ ਕਿ ਬੱਚਿਆਂ ਨੂੰ ਗੁਰਬਾਣੀ ਨਾਲ ਜੁੜੋ ਹਾਂਜੀ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਕਿਉਂਕਿ ਆਪਣਾ ਸਿੱਖਾਂ ਦੇ ਘਰ ਦੇ ਜਨਮ ਹੋਇਆ ਅਤੇ ਮਹਾਰਾਜ ਨੇ ਕਿੰਨੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਸਾਰੀਆਂ ਸਰਦਾਰੀਆਂ ਬਖਸ਼ੀਆਂ ਸਾਰਿਆਂ ਉੱਤਮ ਜਨਮ ਆਪਾਂ ਨੂੰ ਬਖਸ਼ਿਸ਼ ਦਿੱਤਾ ਸਿੱਖਾਂ ਨੂੰ ਅਤੇ ਇਸ ਕਰਕੇ ਫਿਰ ਹੋਰ ਦੂਸਰਿਆਂ ਦੇ ਨਾਲ ਵੀ ਆਪਾਂ ਨੂੰ ਰਲਣਾ ਚਾਹੀਦਾ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਤਾਂ ਆਪਾਂ ਨੂੰ ਵੱਖਰਾ ਬਣਾਇਆ ਸਾਰਿਆਂ ਨਾਲੋਂ ਜਦੋਂ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਦੇ ਵਿੱਚ ਧੜ ਦੇ ਨਾਲ ਵਾਹ ਕੀਤਾ ਅਤੇ ਉਦੋਂ ਮਹਾਰਾਜ ਦੇ 3 ਸਿੱਖ ਸੀ ਭਾਈ ਦਿਆਲਾ ਜੀ ਉਹਨਾਂ ਨੂੰ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਫਿਰ ਮਹਾਰਾਜ ਦੇ ਸਿੱਖ ਹੋਏ ਆ ਭਾਈ ਮਤੀ ਦਾਸ ਜੀ ਜਿਹਨਾਂ ਨੂੰ ਆਰੇ ਦੇ ਨਾਲ ਚੀਰਿਆ ਗਿਆ ਫਿਰ ਭਾਈ ਸਤੀ ਦਾਸ ਜੀ ਜਿਹਨਾਂ ਨੂੰ ਰੂਹ 'ਚ ਲਪੇਟ ਕੇ ਜਿੰਦੇ ਸਾੜਿਆ ਗਿਆ ਸੀ ਉੱਥੇ ਹੋਰ ਵੀ ਬੜੇ ਸਿੱਖ ਸੀ ਪਰ ਸਿੱਖਾਂ ਵਾਲਾ ਭੇਸ ਉਹਨਾਂ ਦਾ ਜਿਹੜਾ ਕਹਿ ਲਈਏ ਕਿ ਉਦੋਂ ਵੱਖਰਾ ਨਹੀਂ ਸੀ ਕੋਈ ਸਾਰਿਆਂ ਦੇ ਨਾਲੋਂ ਅਤੇ ਸਾਰਿਆਂ ਦੇ ਵਿੱਚ ਰਲੇ ਹੁੰਦੇ ਸੀ ਅਤੇ ਮਹਾਰਾਜ ਦੇ ਕੋਲ ਜਦੋਂ ਭਾਈ ਜੇਤਾ ਜੀ ਬਾਬਾ ਜੀਵਨ ਸਿੰਘ ਜੀ ਜਿਹੜੇ ਬਾਅਦ ਵਿੱਚ ਹੋਏ ਨੇ ਅੰਮ੍ਰਿਤ ਛੱਕ ਕੇ ਉਹ ਮਹਾਰਾਜ ਦੇ ਕੋਲ ਜਦੋਂ ਸੀਸ ਲੈ ਕੇ ਆਏ ਅਤੇ ਮਹਾਰਾਜ ਕਹਿੰਦੇ ਭਾਈ ਜੇਤਾ ਜੀ ਉੱਥੋਂ ਦਾ ਹਾਲ ਦੱਸੋ ਅਤੇ ਕਿੰਨੇ ਕੁ ਉੱਥੇ ਸਿੱਖ ਸੀ ਹੋਰ ਜਾਂ 3 ਹੀ ਸਿੱਖ ਨਿਤਰੇ ਉੱਥੇ ਸ਼ਹੀਦੀ ਪ੍ਰਾਪਤ ਕਰਨ ਵਾਸਤੇ ਹੋਰ ਕੋਈ ਸਿੱਖ ਨਹੀਂ ਉੱਥੇ ਨਿਤਰਿਆ ਅਤੇ ਮਹਾਰਾਜ ਨੂੰ ਕਿਹਾ ਮਹਾਰਾਜ ਸਿੱਖ ਤਾਂ ਬੜੇ ਹੋਣਗੇ ਪਰ ਤੁਹਾਡੇ ਸਿੱਖਾਂ ਦਾ ਕਿਹੜਾ ਕੋਈ ਵੱਖਰਾ ਲਿਬਾਸ ਮਹਾਰਾਜ ਪੱਗਾਂ ਸਾਰੇ ਬੰਨਦੇ ਆ ਦਾੜੀਆਂ ਸਾਰੇ ਰੱਖਦੇ ਆ ਅਤੇ ਮਹਾਰਾਜ ਕੋਈ ਵੱਖਰਾ ਅਤੇ ਮਹਾਰਾਜ ਨੇ ਫਿਰ ਉਸ ਸਮੇਂ ਵਚਨ ਕੀਤਾ ਸੀ ਮਹਾਰਾਜ ਕਹਿੰਦੇ ਮੈਂ ਐਸਾ ਖਾਲਸਾ ਸਜਾਵਾਂਗਾ ਜਿਹੜਾ ਸਾਰਿਆਂ ਦੇ ਵਿੱਚ ਵੱਖਰਾ ਹੋਇਆ ਕਰੇ ਇਸ ਕਰਕੇ ਹੁਣ ਆਪਾਂ ਨੂੰ ਵੱਖਰੇ ਹੋਣ ਦੀ ਲੋੜ ਆ ਆਪਾਂ ਦੂਸਰਿਆਂ ਦੇ ਵਿੱਚ ਨਾ ਰਲੀਏ ਕਿ ਆਪਾਂ ਸਿਰ ਮਨਾ ਕੇ ਜਾਂ ਦਾੜਾ ਕੇਸ ਕੱਟ ਕੇ ਦੂਸਰਿਆਂ ਦੇ ਵਿੱਚ ਰਲੇ ਫਿਰਦੇ ਹਾਂ ਇਸ ਕਰਕੇ ਆਪਾਂ ਨੂੰ ਸਿੱਖੀ ਸਰੂਪ ਦੇ ਵਿੱਚ ਆਉਣਾ ਚਾਹੀਦਾ ਜਿਹੋ ਜਿਹਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਾਂ ਨੂੰ ਬਣਾਇਆ ਇਸ ਕਰਕੇ ਹੁਣ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਕਿ ਗੁਰਬਾਣੀ ਵੱਲ ਜੁੜਨਾ
ते सिखी सरूप दे विच रहना सतगुरु साहब जी महाराज कृपा करदे फिर ही इस करके हुण सिखी सरूप दे विच आउणा चाहीदा बाकी मुढ़ तो सिख्या होवे फिर ही कृपा होंदी आ इस तरह माता की सब तो पहला सिख्या होंदी आ क्योंकि जदों माता दे गर्भ दे विच बच्चा पलदा उदों माता जी बाणी पढ़दी आ ते बच्चे ते जरूर असर हुंदा हुण जदों मैनूं अजे वी याद आ छोटे हुंदिआं ते साडे माता जी ਤੇ ਜਦੋਂ ਬਾਣੀ ਪੜ੍ਹਦੇ ਸੀ ਤੇ ਅਸੀਂ ਕਈ ਵਾਰ ਉਹਨਾਂ ਜਾਪ ਸਾਹਿਬ ਦੀ ਬਾਣੀ ਪੜ੍ਹਨ ਦੀ ਸੁਣਾਂਗੇ ਇਹ ਕਿਹੋ ਜਿਹੀ ਬਾਣੀ ਪੜ੍ਹੀ ਜਾਂਦੇ ਹਾਂਜੀ ਤੇ ਬੜੀ ਬਾਣੀ ਮਹਾਰਾਜ ਕਿਰਪਾਣਾ ਜਿਹੜੀ ਮਾਤਾ ਜੀ ਨੂੰ ਕੰਠਾ ਤੇ ਬਹੁਤ ਬਾਣੀ ਪੜ੍ਹਦੇ ਸੀ ਤੇ ਮਤਲਬ ਘਰ 'ਚ ਗੁੜਤੀ ਮਿਲੀ ਤਾਂ ਹਾਂਜੀ ਘਰ ਤੋਂ ਕਿਉਂਕਿ ਮਾਤਾ ਤੋਂ ਸਭ ਤੋਂ ਪਹਿਲਾਂ ਜਿਹੋ ਜਿਹਾ ਮਾਤਾ ਦੀ ਸਿੱਖਿਆ ਹੁੰਦੀ ਮਾਤਾ ਦਾ ਅਸਰ ਹੀ ਬੱਚੇ 'ਤੇ ਹੁੰਦਾ ਜੇ ਮਾਤਾ ਦੇ ਪੇਟ 'ਚ ਬੱਚਾ ਜੇ ਮਾਤਾ ਬਾਣੀ ਪੜ੍ਹੂਗੀ ਤੇ ਬੱਚੇ 'ਤੇ ਹੀ ਅਸਰ ਹੋਵੇਗਾ ਬੱਚਾ ਵੀ ਕੋਈ ਗੁਰਸਿੱਖ ਹੀ ਹੋਵੇਗਾ ਅਤੇ ਜੇ ਮਾਤਾ ਨਾ ਬਾਣੀ ਪੜ੍ਹੂਗੀ ਅਤੇ ਫਿਰ ਬੱਚੇ ਦੇ ਉੱਤੇ ਉਹ ਜਿਹੋ ਜਿਹੀ ਮਾਤਾ ਕਿਰਿਆ ਕਰੂਗੀ ਉਹੋ ਜਿਹਾ ਬੱਚਾ ਕੇ ਅਸਰ ਪੈਂਦਾ ਅਤੇ ਬਾਕੀ ਜੇ ਮਹਾਰਾਜ ਕਿਰਪਾ ਕਰਦੇ ਹਨ ਤਾਂ ਉਹ ਸਭ ਕੁਝ ਹੋ ਵੀ ਜਾਂਦਾ ਹਾਂਜੀ ਅਤੇ ਬਾਕੀ ਹੁਣ ਇਹ ਲੋੜ ਆ ਕਿ ਨੌਜਵਾਨ ਜਿਹੜੇ ਉਹ ਬਾਣੀ ਦੇ ਨਾਲ ਜੁੜਨ ਜੇ ਬਾਣੀ ਨਾਲ ਜੁੜ ਗਿਆ ਉਹ ਫਿਰ ਨਸ਼ਿਆਂ ਵੱਲ ਨਹੀਂ ਜਾਂਦਾ ਕ੍ਰੀਤਾਂ ਵੱਲ ਨਹੀਂ ਜਾਂਦਾ ਫਿਰ ਉੱਥੇ ਬਖਸ਼ਿਸ਼ ਹੁੰਦੀ ਹੈ ਸੋ ਪਿਆਰੇ ਦਰਸ਼ਕੋ ਇਹ ਸਨ ਭਾਈ ਸਾਹਿਬ ਭਾਈ ਗੁਰਬਾਜ ਸਿੰਘ ਜੀ ਸਾਡੇ ਇਤਿਹਾਸਕਾਰ ਜੋ ਦੱਸਦੇ ਆ ਨਾ ਸਾਡੇ ਇਤਿਹਾਸਕਾਰ ਕਹਿੰਦੇ ਵੀ ਗੁਰੂ ਕੇ ਸਿੱਖਾਂ ਨੇ ਭੁੱਖੇ ਰਹਿ ਕੇ ਕਈ ਕਈ ਦਿਨ ਭੁੱਖੇ ਰਹਿ ਕੇ ਘੋੜਿਆਂ ਦੀਆਂ ਕਾਠੀਆਂ 'ਤੇ ਗੁਜ਼ਾਰਾ ਕੀਤਾ ਸੋ ਉਹ ਕਈ ਲੋਕ ਕਟਾਸ਼ ਕਰਦੇ ਨੇ ਕਿ ਇੱਦਾਂ ਕਿਵੇਂ ਹੋ ਸਕਦਾ ਕੋਈ ਭੁੱਖਾ ਕਿਵੇਂ ਰਹਿ ਸਕਦਾ ਤੁਹਾਡੇ ਸਾਹਮਣੇ ਜਿਉਂਦੀ ਜਾਗਦੀ ਮਿਸਾਲ ਹੈ ਕਿ 6 ਦਿਨ ਭੁੱਖਾ ਰਹਿ ਕੇ ਇੱਕ ਸਿੱਖ ਜਿਹੜਾ ਗੁਰੂ ਸਾਹਿਬ ਦੀ ਸੰਪੂਰਨ ਬਾਣੀ ਜਿਹੜਾ ਪੜ੍ਹਦਾ ਅਤੇ ਆਪਣੇ ਆਪ ਨੂੰ ਬਾਣੀ ਔਰ ਬਾਣੇ ਦੇ ਨਾਲ ਜੋੜ ਕੇ ਰੱਖਿਆ ਜੁੜੇ ਰਹੋ ਕੈਮਰਾਮੈਨ ਸੁਖਮਨਦੀਪ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ ਸੁਰਖਾਬ ਟੀ ਵੀ ਕੋਟ ਬੁੱਢਾ ਤਰਨ ਤਾਰਨ।